ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜ ਪੂੰਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜ ਪੂੰਜੇ ਜੱਟ ਵਿਗੜ ਗਿਆ ਓ ਬਿੱਲੀਆਂ ਅੱਖਾਂ ਦੇ ਵਿੱਚ ਰੜ ਪੂੰਜੇ ਜੱਟ ਵਿਗੜ ਗਿਆ ਬਤਰਾ ਸਾਹਿਬ ਕੀ ਹਾਲ ਚਾਲ ਵਧੀਆ ਜੀ ਵਧੀਆ ਠੀਕ ਠਾਕ ਹਾਂਜੀ ਕਿਤੇ ਤੇ ਵਿਗੜ ਰਹੇ ਹੋ ਮਾਈਕ ਤੇ ਵਿਗੜੀ ਜਾਂਦੇ ਆ ਵਿਗੜੀ ਜਾਂਦੇ ਹੋ ਡੰਡਾ ਡੰਡਾ ਨਹੀਂ ਪੈਂਦਾ ਕਰਦੇ ਹੋ ਤਾਂ ਫਿਰ ਪੈਂਦੇ ਦਾ ਪੈਂਦੇ ਨੇ ਫਿਰ ਵੀ ਹਟਦੇ ਨਹੀਂ ਆਪਾਂ ਹੈ ਮੁੰਡਾ ਸ਼ਰਾਰਤੀ ਵੀ ਹੈ ਸੁਰੀਲਾ ਕਿੰਨਾ ਗਿਆ ਇਹ ਹੁਣ ਸਾਡੇ ਜੱਜਸ ਦੱਸਣਗੇ ਅਲਾ ਵੀਰੇ ਗਾਣਾ ਬੜਾ ਪਾਵਰਫੁਲ ਹੈ ਪਰਫਾਰਮ ਅੱਛਾ ਕੀਤਾ ਬੇਟਾ ਥੋੜ੍ਹਾ ਕਿਤੇ ਨਾ ਕਿਤੇ ਡੋਲ ਰਹੇ ਸੀਗੇ ਸੁਰ ਕਿਤੇ ਨਾ ਕਿਤੇ ਫਲੈਟ ਹੋ ਰਿਹਾ ਸੀ ਕਿਤੇ ਨਾ ਕਿਤੇ ਚੜ੍ਹ ਰਿਹਾ ਸੀ ਉਹਦੇ ਕਰਕੇ ਥੋੜ੍ਹਾ ਜਿਹਾ ਉਸ ਚੀਜ਼ 'ਤੇ ਧਿਆਨ ਦੇਣਾ ਪੈਣਾ ਤੁਹਾਨੂੰ ਜਦੋਂ ਆਪਾਂ ਗਾਉਂਦੇ ਹਾਂ ਹਾਂ ਇੰਜੋਏ ਕਰਨਾ ਜ਼ਰੂਰੀ ਆ ਆਪਾਂ ਇੰਜੋਏ ਕਰਕੇ ਗਾਉਂਦੇ ਹਾਂ ਗਾਣੇ ਦੇ ਵਿੱਚ ਘੁੰਮ ਜਾਣੇ ਉਹ ਵੀ ਜ਼ਰੂਰੀ ਆ ਬਟ ਕਈ ਵਾਰੀ ਜਦੋਂ ਓਵਰ ਐਕਸਾਈਟਿਡ ਹੋ ਜਾਈਦਾ ਨਾ ਤਾਂ ਫਿਰ ਸੁਰ ਡਰੋਪ ਹੋ ਜਾਂਦਾ ਉਹ ਬਹੁਤ ਜਗ੍ਹਾ 'ਤੇ ਹੋਇਆ ਪੁੱਤਰ ਜੀ ਬਹੁਤ ਜਗ੍ਹਾ 'ਤੇ ਜਿਹੜਾ ਬੱਚਾ ਆਪਣੇ ਆਪਣੇ ਗਾਣੇ 'ਤੇ ਆਪਣੀ ਚੀਜ਼ 'ਤੇ ਧਿਆਨ ਦੇ ਕੇ ਰੱਖੇਗਾ ਨਾ ਅੱਗੇ ਮੁਸ਼ਕਲ ਹੋ ਹੀ ਜਾਣੀ ਹੈ ਅੱਜ ਤੋਂ ਇਹ ਸ਼ੁਰੂ ਹੈ ਕੋਸ਼ਿਸ਼ ਕਰਿਓ ਫਿਰ ਦੁਬਾਰਾ ਅੱਛਾ ਕਰਨ ਦੀ ਗੁਰਮੀਤ ਸਰ ਵੋਇਸ ਆਫ ਪੰਜਾਬ ਦਾ ਪਹਿਲਾ ਮੋਟੋ ਕੀ ਹੈ ਬੱਚਿਓ ਸੁਰ 'ਚ ਗਾਣਾ ਗਾਣੇ ਦਾ ਕੰਪੀਟੀਸ਼ਨ ਚੱਲ ਰਿਹਾ ਸੌਂਗ ਸੌਂਗ ਲਈ ਸਭ ਤੋਂ ਜ਼ਰੂਰੀ ਕੀ ਹੈ ਸੁਰ ਅਤੇ ਤਾਲ ਉਹੀ ਛੱਡ ਦਾਂਗੇ ਅਤੇ ਫਿਰ ਗਾਣਾ ਸੁਣਾਂਗੇ ਕਿੱਦਾਂ ਬੱਚੇ ਸੋ ਜਿਹੜੀ ਮੈਂ ਗੱਲ ਕਹਿੰਦਾ ਇੰਪਰੂਵਮੈਂਟ ਜ਼ਰੂਰੀ ਹੈ ਜ਼ਰੂਰੀ ਹੈ ਜੋ ਤੁਸੀਂ ਬੱਚੇ ਹੋ ਅੱਛਾ ਗਾਣ ਦੀ ਕੋਸ਼ਿਸ਼ ਕਰਦੇ ਹੋ ਕਿਤੇ ਨਾ ਕਿਤੇ ਵਧੀਆ ਜਗ੍ਹਾ ਪਹੁੰਚੋਗੇ ਲੇਕਿਨ ਤੂੰ ਪਰਫਾਰਮੈਂਸ ਚੰਗਾ ਹੈ ਪੈਸੇ ਜ਼ਰੂਰ ਕਮਾਏਗਾ ਹਰਵਿੰਦਰ ਜੀ ਪਰਨਮ ਬਸਰਾ ਤੁਸੀਂ ਤੁਹਾਡੀ ਪਰਫਾਰਮੈਂਸ ਬਹੁਤ ਵਧੀਆ ਲੱਗੀ ਮੈਨੂੰ ਕਿਉਂਕਿ ਜੋ ਅੱਜ ਚੱਲ ਰਿਹਾ ਉਹਦੇ ਹਿਸਾਬ ਨਾਲ ਬੰਦੇ ਨੇ ਪੂਰਾ ਘੈਂਟ ਗਾਇਆ ਮੇਰੇ ਵੱਲੋਂ ਬੈਸਟ ਆਫ ਲੱਕ ਥੈਂਕ ਯੂ ਜੱਜਸ ਐਂਡ ਗੁੱਡ ਲੱਕ ਪਰਨਮ